ਪਿਛਲੇ ਭਾਗ ਵਿੱਚ ਤੁਸੀਂ ਦੇਖਿਆ ਹੈ ਕਿ ਸੰਜੀਵ ਕੋ ਰਸਤੇ ਵਿੱਚ ਪੇਸ਼ਾਬ ਦਾ ਬਹੁਤ ਜ਼ੋਰ ਦਾ ਪ੍ਰੈਸ਼ਰ ਪਾਉਂਦੇ ਪਰ ਹੁਕੂ ਕੋਈ ਵੀ ਪਬਲਿਕ ਟਾਇਲਟ ਕਹਿ ਨਹੀਂ ਲੱਭਦਾ ਵੱਲੋਂ ਇੱਕ ਹਸਪੀਟਲ ਵਿੱਚ ਚਲਾ ਵੈਂਦੇ ਪਰ ਹਸਪੀਟਲ ਦੀ ਰਿਸੈਪਸ਼ਨਿਸਟ ਹੁਕੂ ਹਸਪੀਟਲ ਦਾ ਟਾਇਲਟ ਇਸਤੇਮਾਲ ਕਰਨ ਤੋਂ ਮਨਾ ਕਰ ਦਿੰਦੀ ਏ ਤੇ ਹੁੰਦੀ ਮੀਜਾਂ ਵਾਲੀ ਪੱਚੀ ਵੀ ਕੱਟ ਦਿੰਦੀ ਏ ਤੇ ਇੱਕ ਬੋਤਲ ਦੇ ਕੇ ਅਖੇਂਦੀ ਏ ਕਿ ਬੋਤਲ ਵਿੱਚ ਪੇਸ਼ਾਬ ਕਰਕੇ ਉਹ ਵਿੰਡੋ ਵਿੱਚ ਰੱਖ ਦੇਵੇ ਹੁਣ ਅੱਗੇ ਇਹ ਘਮੋੜੀਆਂ ਤਾਂ ਜਾਨ ਕੱਢ ਕੇ ਹਟ ਸਨ ਮੇਰੀ ਹਾਂਜੀ ਕਿਆ ਤਕਲੀਫ ਹੈ ਤਕਲੀਫ ਮੇਕੂ ਤਾਂ ਕੋਈ ਵੀ ਤਕਲੀਫ ਕਹਿ ਨਹੀਂ ਤੇ ਇੱਥਾਂ ਵੱਲ ਲੰਗਰ ਖਾਣ ਆਏ ਵੇ ਡਾਕਟਰ ਸਾਹਿਬ ਇਹਨਾਂ ਦੇ ਪਿਸ਼ਾਬ ਟੈਸਟ ਦੀ ਰਿਪੋਰਟ ਆ ਗਈ ਏ ਤੁਸੀਂ 500 ਰੁਪਏ ਜਮ੍ਹਾਂ ਕਰਵਾ ਦਿਓ ਉਹ 500 ਰੁਪਇਆ ਕਿਹੜੀ ਗੱਲ ਦਾ ਜਮ੍ਹਾਂ ਕਰਾਵਾਂ ਮੈਂ ਤਾਂ ਕੋਈ ਟੈਸਟ ਕਰਵਾਇਆ ਹੀ ਕਹਿ ਨਹੀਂ ਕਿਉਂ ਬੋਤਲ ਇਸ ਕਰਕੇ ਤੁਸੀਂ ਕਹਿੰਦਾ ਰੱਖਾ ਵਿੰਡੋ ਵਿੱਚ ਓਏ ਉਹ ਤਾਂ ਤੁਸੀਂ ਬੋਤਲ ਦਿੱਤੀ ਹੈ ਤੇ ਮੇਕੂ ਪ੍ਰੈਸ਼ਰ ਇਹ ਤਾਂ ਸ਼ੁਕਰ ਏ ਤੁਸੀਂ ਟੈਸਟ ਕਰਵਾ ਲਏ ਮੇਕੂ ਤਾਂ ਡਾਊਟ ਹੈ ਕਿ ਤੁਹਾਨੂੰ ਕੋਈ ਵੱਡੀ ਬਿਮਾਰੀ ਹੈ ਡਾਕਟਰ ਸਾਹਿਬ ਇਹੋ ਜੀ ਕਿਹੜੀ ਬਿਮਾਰੀ ਹੈ ਮੇਕੂ ਤੁਸੀਂ ਚਲੋ ਕੰਮ ਕਰੋ ਤੁਸਾਂ ਪਹਿਲਾਂ 500 ਰੁਪਇਆ ਦੇ ਦੇਵੋ ਡਾਕਟਰ ਸਾਹਿਬ ਜਲਦੀ ਦੱਸੋ ਮੇਕੂ ਕਿਆ ਬਿਮਾਰੀ ਏ ਦੇਖੋ ਹਾਲੇ ਮੈਂ ਕੁਛ ਨਹੀਂ ਆਖ ਸਕਦਾ ਤੁਹਾਨੂੰ ਕਿਹੜੀ ਬਿਮਾਰੀ ਏ ਪਹਿਲਾਂ ਤੁਸੀਂ ਇਹ 4 ਟੈਸਟ ਕਰਵਾਓ 2 ਘੰਟੇ ਬਾਅਦ ਇਹਨਾਂ ਦੀ ਰਿਪੋਰਟ ਆ ਸੀ ਵੱਲ ਮੈਂ ਦੱਸੇ ਸਾਂ ਕਿਹੜੀ ਬਿਮਾਰੀ ਏ ਡਾਕਟਰ ਸਾਹਿਬ ਇਹ ਮੈਂ ਹੁਣੇ ਕਰਵਾ ਲੈਣਾ ਪਰ ਟੈਸਟ ਬਾਅਦ ਵਿੱਚ ਹੁਸਨ ਪਹਿਲਾਂ 7000 ਰੁਪਇਆ ਜਮ੍ਹਾਂ ਕਰਵਾ ਦੇਵੋ ਡਾਕਟਰ ਸਾਹਿਬ ਮੇਰੇ ਕੋਲ ਤਾਂ ਨਾ ਇਹ 6500 ਰੁਪਏ ਨਾ ਚਲੋ ਹਾਲੇ ਮੈਂ ਤੁਹਾਡੇ ਇਹ 6500 ਰੁਪਏ ਜਮ੍ਹਾਂ ਕਰ ਲੈਣਾ ਤੇ ਬਾਕੀ ਦਾ 500 ਰੁਪਇਆ ਜਦੋਂ ਤੁਸੀਂ ਰਿਪੋਰਟ ਲੈਣ ਆਸੋ ਨਾ ਉਦੋਂ ਜਮ੍ਹਾਂ ਕਰਵਾ ਦੇਵਣਾ ਆਏ ਹਾਏ ਮੇਰੀ ਜਾਨ ਤਾਂ ਇਹ ਖੁਰਕੀ ਕੱਢ ਗਿੰਸੀ ਸਾਲੇ ਪਾਊਡਰ ਗਮੋੜੀਆਂ ਠੀਕ ਹੀ ਕਹਿੰਦੀ ਕਰੇਂਦੇ ਯਾਰ ਆਓ ਬੈਠੋ ਹਾਂਜੀ ਡਾਕਟਰ ਸਾਹਿਬ ਪਤਾ ਲੱਗੇ ਮੇਕੋ ਕਿਹੜੀ ਬਿਮਾਰੀ ਏ Come on. ਪਹਿਲਾਂ ਜਿਹੜਾ ਤੁਹਾਡਾ 500 ਰੁਪਇਆ ਬਾਕੀ ਹੈ ਨਾ ਉਹ ਦੇ ਦਿਓ ਉਹ ਵਧਾਈਆਂ ਜੀ ਵਧਾਈਆਂ ਇਹ ਪਈ ਹੈ ਤੁਹਾਡੀ ਰਿਪੋਰਟ ਤੇ ਤਾਕੂ ਤਾਂ ਕੋਈ ਵੀ ਬਿਮਾਰੀ ਕਹਿ ਨਹੀਂ ਇਹ ਤਾਂ ਬਹੁਤ ਗਲਤ ਗੱਲ ਏ ਮੇਰਾ 7700 ਰੁਪਇਆ ਖਰਚ ਸੀਗੇ ਤੇ ਬਿਮਾਰੀ ਇੱਕ ਵੀ ਕਹਿ ਨਹੀਂ ਨਿਕਲੀ ਹੁਣ ਇੱਕ ਅੱਧੀ ਬਿਮਾਰੀ ਤਾਂ ਤੁਹਾਨੂੰ ਕੱਢਣੀ ਪਊ ਸੀ ਉਹ ਬਿਮਾਰੀਆਂ ਤਾਂ ਮੈਂ ਤੁਹਾਡੇ ਵਿੱਚ ਇੱਕ ਛੱਡੋ 10 ਕੱਢ ਦੇ ਸਾਂ ਪਰ ਹੁਣ ਦੇ ਵਾਸਤੇ ਤੁਹਾਨੂੰ ਇਹ 4 ਟੈਸਟ ਕਰਵਾਉਣੇ ਪੋਸਨ ਤੇ ਇਹ ਸਿਰਫ 8000 ਰੁਪਏ ਦੇਣ ਮੈਂ ਨਾ ਜਦੋਂ ਵੀ ਘਰੋਂ ਨਿਕਲਦਾ ਹਾਂ ਪਾਣੀ ਪੀ ਕੇ ਨਿਕਲਦਾ ਹਾਂ ਅੱਜ ਮੈਂ ਕਸਰ ਖਾਣਾ ਮੈਂ ਘਰੋਂ ਨਿਕਲਣ ਲੱਗੇ ਪਾਣੀ ਪੀ ਕੇ ਕਹਿਣਾ ਨਿਕਲ ਸਾਂ ਸੁਸੂ ਕਰਕੇ ਨਿਕਲ ਸਾਂ ਥੱਕ ਗਈ ਤੇ ਦੇਖੂ ਡਾਕਟਰ ਕਹਿੰਦੀ ਡਾਕੂ ਐਵੇਂ ਡਾਕ
ਬਾਬੂ।